अस्सलाम वालेकुम दोस्तों, क्या हाल चाल है सब? दोस्त खैर खैरियत नाल होंगे। अल्लाह पाक साहब नूं अपने हिफ्ज़-ओ-अमान दे विच रखे। मैं कहा दोस्तों नूं चंद परिंदियां दा शौक करवाइए जी। सैटअप है साडा जोड़ियां दा। सर्दियां विच ना सफाई नहीं करी दी। एक गुड्डा इधर है ते मेरे गुड्डा लाए ने। आओ जी उस्ताद जी। जी घर का ही पट्ठा है। पर जी बड़ा शानदार पर उस्ताद रन 18 नंबर कबूतर उनका अग पट्ठा सी। ब्रीडिंग भी रोकया सी एंडी आखिया। शानदार बगल देखो कबूतर दी कितने जा रही। कबूतर थोड़े ना इस टाइम तंग भी होंगे ने। पठा तुम दिखाया है इंदा प्यो बैठा 18 नंबर ने उस्ताद रहा ना। बहुत ही वधिया ने ते बड़ा ही अच्छा रिजल्ट है साढ़े को इन्ना। बस आ रहा तेरा कपड़ा लैन गया हाथों देना विटा चिट्ठा लग जा शौक नहीं सही तरह होना। साढ़ा कबूतर है बहुत ही अच्छा रिजल्ट है मादी ये लाइए। हाँ जी उस्मान साहब की हाल चाल है? मादी लगी जी ओ बुका जी। सर्दी तानू लगती है सानू नहीं लगती लुकती है। मादी का पार बड़ी शानदार मादी है अख का शौक रहा। सारे बाबे सिकंदर दे शगिर्द आ गए जी ऑनलाइन। दमें बस जी हम तो धुप्पा का इंतजार हो रहा। धुप्पा निकलन से बच्चे छड़िए शौक करिए बच्चों का अड़ते हुए नू।
ਜੀ ਤੁਹਾਨੂੰ ਇੱਕ ਟੈਡੀ ਮਾਦੀ ਦਾ ਸ਼ੌਕ ਕਰਾਉਣੇ ਉਸਤਾਦ ਰਨ ਬਾਈ ਜੀ ਟੈਡੀ ਮਾਦੀ ਬਹੁਤ ਹੀ ਸ਼ਾਨਦਾਰ ਪਾਰੇ ਦਾ ਮੰਮਾ ਸਲਮਾਨ ਸਾਹਿਬ ਬਹੁਤ ਸ਼ੁਕਰੀਆ ਜੀ ਤੁਹਾਡਾ ਅੱਗੇ ਦੇ ਚਲੋ ਜੀ ਮੈਂ ਦੁੱਧ ਜੇ ਮਾਦੀ ਬਹੁਤ ਹੀ ਸ਼ਾਨਦਾਰ ਆਖੇ ਦੇ ਚਾਲੀ ਨੰਬਰ ਫੜਦਾ ਸੱਤ ਵਹੀ ਵਾਲਾ ਫੜਦਾ ਸੱਤ ਵਹੀ ਵਾਲੇ ਦਾ ਸ਼ੌਕ ਪਾ ਲਿਆ ਜੀ ਸਾਧ ਰਲ ਸੱਤ ਵਹੀ ਵਾਲਾ ਕਬੂਤਰ ਇਹਦਾ ਵੀ ਬਹੁਤ ਹੀ ਸ਼ਾਨਦਾਰ ਲੱਗਦਾ ਬਗਲ ਵੀ ਬਹੁਤ ਵੱਡੀ ਕਬੂਤਰ ਦੀ ਕੁੰਡੇ ਦੀ ਵੀ ਲੈਂਥ ਇਹਨਾਂ ਇਸ ਕਬੂਤਰ ਦਾ ਇੱਕ ਬੱਚਾ ਸਾਡੇ ਇੱਕ ਦੋਸਤ ਹੈਗੇ ਨੇ ਸਾਊਦੀਆ ਦੇ ਨਾ ਉਹਨਾਂ ਨੂੰ ਅਸੀਂ ਰੋਕਣ ਲਈ ਘੱਲਿਆ ਬਹੁਤ ਹੀ ਸ਼ਾਨਦਾਰ ਪੱਠਾ ਹੈਗਾ ਬਹੁਤ ਹੀ ਵਧੀਆ ਇਸ ਕਬੂਤਰ ਦਾ ਨਾ ਆਮੀਨ ਜੀ ਨੀਸ ਬਾਈ ਬਹੁਤ ਸ਼ੁਕਰੀਆ ਤੁਹਾਡਾ ਬਤਾਲੀ ਨੰਬਰ ਤਰਤਾਲੀ ਨੰਬਰ ਬਹਿ ਜਾ ਇਹ ਕਿੰਨੇ ਨੰਬਰ ਹੈ ਜੀ ਬਤਾਲੀ ਹੈ ਉਹ ਜੀ ਆਹ ਬਤਾਲੀ ਨੰਬਰ ਕਬੂਤਰ ਹੈ ਵੀ ਬਹੁਤ ਸ਼ਾਨਦਾਰ ਕਬੂਤਰ ਇਹਦਾ ਬੱਚਾ ਐਤਕੀ ਉਸਤਾਦ ਹਰੀ ਕਹਿੰਦੇ ਸੀ ਕਿ ਬਹੁਤ ਹੀ ਅੱਛੀ ਪਰਿਵਾਰ ਦੇਗਾ ਇਹਦੇ ਪਰ ਦੇਖ ਰਿਹਾ ਜੀ ਦਸਵਾਂ ਬਰਾਬਰ ਹੈਗਾ ਨੇ ਨਵਾਂ ਬਾਹਰ ਨਿਕਲ ਰਿਹਾ ਇੱਕ ਮੱਗਰ ਕਬੂਤਰ ਹੈਗਾ ਅੱਗੋਂ ਕੋਈ ਇਹਨੂੰ ਗੋਲਡਨ ਕਹੀ ਹੈ ਜਿਹੜਾ ਵੀ ਕਹੀ ਹੈ ਬਤਾਲੀ ਨੰਬਰ ਹੈ ਤਰਤਾਲੀ ਹਾਊਸ ਆ ਜੀ ਆ ਸਾਹਮਣੇ ਬੈਠੇ ਜਿਹੜਾ ਰਜ਼ਾ ਨੂੰ ਘੱਲੇ ਉਹ ਕਿਹੜਾ ਖਰਾਬ ਪਾਰ ਵਾਲਾ ਰਜ਼ਾ ਨੂੰ ਕਿਹੜਾ ਘੱਲਿਆ ਸੀ ਗੋਲਡਨ ਇਹ ਜੀ ਤਰਤਾਲੀ ਨੰਬਰ ਬਹੁਤ ਹੀ ਸ਼ਾਨਦਾਰ ਦਿਖਾਓ ਜੀ ਆਖੇ ਨੂੰ ਦਿਖਾਓ ਪਾਰਟੀ ਬੁੱਕਾਂ 'ਚ ਦੇ ਦਿਆਂਗੇ ਖੁਸ਼ਕ ਪੰਜੇ ਨੇ ਬਹੁਤ ਹੀ ਅੱਛੇ ਅੱਛੇ ਕਬੂਤਰ ਦੀ ਨਿਸ਼ਾਨੀ ਹੈਗੀ
ये किन्ने नंबर है? 35 नंबर। असल जे नंबर जेड़े है ना कड़िया दे ने सारे चेंज किए ने, नंबर भूल जाने मैं। हाँ जी बुकाई तुसी मजे बड़े लेंदे जे। दिखाओ जी उस्ताद जी दी अक दिखाओ। तुहानू पता नाले जिंदा रिजल्ट ना होया असी रखदे ही नहीं। बहुत ही औखा होंदा जिहड़ा लगा फिरदा होए। हाँ जी बगल पाटा वहा दे वड्डा। सब तो पहला कबूतर जेड़ा उस्ताद हां साढ़े कोल आया, असी इन 40 नंबर 30 नंबर हूँ पाया साजे नू। पहले 40 सी इहदा, हूँ 13 नंबर है। ते देखो जी एन दे पर जे तीली देखो ना कि शानदार है, चिट्टी तीली होनी चाहिए सारे पर दे। देखो एंड तो लैके शुरू तक सारे पर चिट्टी है। दुम का शौक रहा कद का भी पूरा कबूतर एन दी दुम है। ਇਹ ਜੀ ਬਗਲ ਪਾਟੇ ਕਬੂਤਰ ਅਤੇ ਫਲਕ ਸ਼ੇਰ ਅਤੇ ਲੋਹੇ ਕਬੂਤਰ ਇੱਕੋ ਹੀ ਹੈਗੇ ਨੇ। ਜਿਹਦੀ ਥੋੜ੍ਹੀ ਗਹਿਰੀ ਅੱਖ ਨਿਕਲ ਆਉਂਦੀ ਉਹਨੂੰ ਅਸੀਂ ਫਲਕ ਸ਼ੇਰ ਕਹਿ ਲੈਂਦੇ ਹਾਂ, ਜਿਹੜਾ ਥੋੜ੍ਹਾ ਗਹਿਰਾ ਆਪ ਨਿਕਲ ਆਉਂਦਾ ਉਹਨੂੰ ਬਗਲ ਪਾਟਾ ਕਹਿ ਲਈਦਾ। ਇਸ ਤਰ੍ਹਾਂ ਹੀ ਕਰਕੇ ਆ ਪੰਜੇ ਜੇ ਜੀ ਬਹੁਤ ਹੀ ਸ਼ਾਨਦਾਰ ਮਜ਼ਬੂਤ ਕਬੂਤਰ। ਚੀਨਾ ਕਬੂਤਰ ਜੇ ਜੀ, ਮੱਗਰ ਚੀਨਾ ਜੋ ਮਰਜ਼ੀ ਤੁਸੀਂ ਇਹਨੂੰ ਨਾਂ ਦੇ ਸਕਦੇ ਜੀ। ਇਹਦਾ ਪਰ ਜੇ ਇਹਦਾ ਕਲਰ ਕੁਲਰ ਵੀ ਬੱਚਾ ਐਤਕੀ ਅੱਸੂ ਚ ਰਾਤ ਰਹਿ ਜਾਂਦਾ ਸੀ, ਅਗਲੇ ਦਿਨ ਹੀ ਬਹਿੰਦਾ ਸੀ। ਇਹਦੇ ਪੰਜੇ ਨੇ ਤਾਂ ਜੀ ਉਹ ਲਾਲ ਅੱਖਾਂ ਦਾ ਕਬੂਤਰ ਤੇ ਫੜ ਗਿਆ ਉਹ ਸਭ ਤੋਂ ਉੱਤੇ ਬੈਠਾ। ਇਹ ਸਾਡਾ ਬੜਾ ਫੇਵਰੇਟ ਕਬੂਤਰ ਜੇ। ਕੁਛ ਕਬੂਤਰਾਂ ਦਾ ਸ਼ੌਕ ਨਹੀਂ ਖੁਦ ਹੀ ਕਰਵਾਉਂਦੇ, ਬੜਾ ਮੋਸਟ ਫੇਵਰੇਟ ਜੋੜਾ ਹੈਗਾ ਸਾਡਾ ਮਾਸ਼ਾਅੱਲਾ। ਇਹ ਕਬੂਤਰ ਜੀ ਦੀ ਅੱਖ ਬਹੁਤ ਸ਼ਾਨਦਾਰ ਹੈ। ਇਹਦਾ ਪਰ ਜੀ ਤਲਵਾਰਾਂ ਨਹੀਂ ਜਿਸ ਤਰ੍ਹਾਂ ਹੁੰਦੀਆਂ ਘੜੀਆਂ ਹੈ। ਦਿਖਾਓ ਜੀ ਸਾਜ ਜੀ ਦੀ ਅੱਖ ਤੋਂ ਇੱਧਰ ਚਾਨਣੇ ਕਰਕੇ ਤੇਰਾ ਸ਼ੌਕ ਕਰਾਓ ਦੋਸਤਾਂ ਨੂੰ। ਦੇਖੋ ਜੀ ਸੁਬਹਾ ਨੂੰ ਦੇਖੀਏ ਨਾ ਤੇ ਜਿਹਨਾਂ ਜਦੋਂ ਜਦੋਂ ਵਾਈਟ ਨਜ਼ਰ ਆਉਂਦਾ ਤਾਂ ਲਾਲ ਦਾ ਬੜਾ ਗੈਪ ਬਣ ਜਾਂਦਾ, ਜਿਵੇਂ ਲਕੀਰਾਂ ਵਾਹੀਆਂ ਨਾ ਸੁਬਹਾ ਦੇ ਟਾਈਮ ਇਸ ਤਰ੍ਹਾਂ ਹੁੰਦਾ। ਇੱਕ ਚਿੱਟੇ ਦਾ ਰਿੰਗ ਚੱਲਦਾ, ਫਿਰ ਉਹਦੇ ਤੋਂ ਬਾਅਦ ਲਾਲ ਦਾ ਰਿੰਗ ਚੱਲਦਾ। ਬੜੀ ਖੂਬਸੂਰਤ ਇਹਦੀ ਅੱਖ ਨਾ ਧੁੱਪ ਦੇ ਵਿੱਚ ਅਗਰ ਦੇਖੀਏ ਨਾ ਮਜ਼ਾ ਆ ਜਾਂਦਾ। ਪਾਰੇ
ਉਸਮਾਨ ਸਾਹਿਬ ਸਲੇਟਾਂ ਲੈ ਆਓ, ਤੁਹਾਡੀ ਮਿਹਰਬਾਨੀ। ਹੁਣ ਤੁਹਾਡੇ ਲਈ ਕੋਈ ਸੱਦਾ ਘਲੀਏ, ਫੇਰ ਹੀ ਲਿਆਓਗੇ ਜਾਂ ਪਿਸਤੌਲ ਨਾਫ 'ਚ ਟੰਗ ਕੇ ਆਵਾਂ ਤੁਹਾਡੇ ਵੱਲ। ਮਾਦੀ ਹੈ ਜੀ, ਡੈਡੀ ਮਾਦੀ ਹੈ। ਬਸ ਜੀ, ਬਸ ਦੋਸਤਾਂ ਨੂੰ ਸ਼ੌਕ ਸ਼ੂਕ ਕਰਾਈਦਾ, ਅਸੀਂ ਵੀ ਯਾਰੇ ਲੱਗ ਜਾਈਦਾ, ਦੋਸਤਾਂ ਨੂੰ ਸ਼ੌਕ ਹੋ ਜਾਂਦਾ। ਹੈਂ, ਉਸਮਾਨ ਸਾਹਿਬ ਹੋਰਾਂ ਦੀ ਇੱਕ ਫੇਵਰੇਟ ਡੱਬ ਵਾਲੀ ਮਾਦੀ ਦਿਖਾਉਂਦੇ ਹਾਂ ਜੀ, ਸਲਾਰੀ ਚਿੱਟਿਆਂ ਪੱਲਿਆਂ ਵਾਲੀ। ਇਹ ਜੀ ਉਹ ਮਾਦੀ ਜੀ, ਉਹਨਾਂ ਨੂੰ ਵੀ ਲਾਲਪਰੀ ਵੀ ਕਹਿ ਰਿਹਾ ਜੇ, ਡੱਬ ਵਾਲੇ ਵੀ ਕਹਿ ਰਿਹਾ ਜੇ, ਚੀਨੇ ਵੀ, ਜੋ ਕਿਸੇ ਦਾ ਦਿਲ ਕਰੇ ਉਹ ਇਹਨਾਂ ਦਾ ਨਾਂ ਰੱਖ ਲੈਂਦਾ। ਗੋਲੀ ਹੈਗੀ ਤੇ ਆ ਡੈਡੀ ਮਾਦੀ, ਮੈਂ ਗੋਲੀ ਦੇ ਦੀ। ਹੈਂ, ਫਿਰ ਵੀ ਦੇ ਦੀ ਸਵੇਕ। ਇਹ ਜੀ ਡੈਡੀ ਨਰ, ਇਹ ਜੀ ਡੈਡੀ ਨਰ ਜੇ, ਕਲੀਜ ਕਲੂਜ ਪਿਆ ਬੜਾ ਵਧੀਆ, ਐਂ ਦਾ ਪਾ ਰਹੇ ਹੈਗਾ ਜੇ। ਠੀਕ ਹੈ ਜੀ ਕਾਦਰ ਸਾਹਿਬ, ਡੱਬ ਵਾਲੀ ਕਹਿ ਦਿੰਦੇ ਹਾਂ। ਇਹ ਵੇਖੋ ਹਾਂ ਕਬੂਤਰ ਆ ਕੈਸਾ, ਲਾਲਪਰੀ ਕਬੂਤਰ, ਬਹੁਤ ਹੀ ਅੱਛਾ ਕਬੂਤਰ ਹੈਗਾ। ਇਹ ਦੇਖੋ ਨਾ ਇਹਦਾ ਸਿਰ, ਇਹਦਾ ਨੱਕ ਦਾ ਸਿਰ ਦੇਖੋ ਕਿਸ ਤਰ੍ਹਾਂ ਠੱਪਿਆ, ਜਿਸ ਤਰ੍ਹਾਂ ਚੀਲ ਨਹੀਂ ਹੁੰਦੀ ਜਿਵੇਂ ਕੋਈ ਬਾਤ ਦੱਸਦਾ ਜੀ, ਇਹਦਾ ਹੱਥ ਪਿੱਛੇ ਕਰੋ ਨਾ ਥੱਲੇ, ਉਹਦਾ ਉਂਗਲਾ ਚੁੰਨ ਜਾਵੇ ਮਿਲਣ ਦਿਓ। ਇਹ ਦੇਖੋ ਇਹ ਜਿਵੇਂ ਫਲੈਟ ਨਹੀਂ ਹੁੰਦਾ, ਜਿਵੇਂ ਜਾਦ ਜਿਹਾ ਬਣਿਆ, ਇਹ ਠੱਪੇ ਮੱਥੇ ਵਾਲਾ। ਇਹ ਦੇਖੋ ਇੱਧਰੋਂ ਦੇਖੋ, ਇੰਝ ਬਹੁਤ ਹੀ ਸ਼ਾਨਦਾਰ ਕਬੂਤਰ ਹੈਗਾ। ਇਹ ਦਾ ਪੱਲਾ ਜੀ, ਇਹਦਾ ਸਿਰ ਸਾਰੇ ਕਬੂਤਰਾਂ ਨਾਲ ਮੁਖਤਲਿਫ ਹੈ, ਜਿਵੇਂ ਬਿਰੀ ਨਹੀਂ ਆ ਕੇ ਕਦੀ ਲਾਗੇ ਬਹਿੰਦੀ ਤੇ ਬੰਦਾ ਦੇਖਦਾ ਯਾਰ ਇਹਦਾ ਸਿਰ ਇਸ ਤਰ੍ਹਾਂ ਦਾ ਹੈਗਾ। ਮਾਸ਼ਾਅੱਲਾ ਬੱਚੇ ਪਲਦੇ ਪਏ ਨੇ ਸਾਹਮਣੇ, ਅੱਗੋਂ ਨਜ਼ਾਰ ਹੀ ਲਵਾਂਗੇ। ਹਾਂਜੀ ਸਾਹ ਜੀ, ਛੁੱਟੀ ਕਰੀਏ, ਲਓ ਜੀ ਹੁਣ ਸਾਨੂੰ ਯਾਦ ਦਿਓ, ਫਿਰ ਲਾਈਵ ਆਉਂਦੇ ਰਹਾਂਗੇ। ਸਭ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ, ਵੀਡੀਓ ਦੇਖੀ ਹੈ। ਅੱਲਾ ਹਾਫਿਜ਼, ਦੁਆਵਾਂ 'ਚ ਯਾਦ ਰੱਖਣਾ ਫੇ ਮਾਨ ਅੱਲਾ ਜੀ।